ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸਾ ਬਤਾਈ ਸਤਿਗੁਰ ਕਰ ਸੋਚ ਸ਼ਨਾਨਾ, ਤਿਮਰ ਬਿਨਾਸ਼ ਪ੍ਰਕਾਸ਼ ਭਾ ਹੋਏ ਸਵਧਾਨਾ। ਨਿਸਾ ਬਤਾਈ ਸਤਿਗੁਰੂ ਕਰ ਸੋਚ ਸ਼ਨਾਨਾ, ਤਿਮਰ ਬਿਨਾਸ਼ ਪ੍ਰਕਾਸ਼ ਭਾ ਹੋਏ ਸਵਧਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ। ਆਪ ਜੀ ਗੁਰੂ ਦਰਬਾਰ ਵਿੱਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ ਆਰਤੀ ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਮਨ ਬਿਰਤੀਆਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਜੋੜੀਏ। ਜਿਸ ਵੇਲੇ ਮਹਾਰਾਜ ਸਾਹਿਬ ਜੀ ਨੇ ਮਹਾਰਾਜ ਦਾ ਜੰਗ ਜਿੱਤ ਕੇ ਮਾਲਵੇ ਦੀ ਧਰਤੀ 'ਤੇ ਭਾਈ ਜੋਧ ਸ਼ਾਹ ਨੂੰ ਬਖਸ਼ਿਸ਼ ਕੀਤੀ, ਉੱਥੋਂ ਚੱਲ ਕੇ ਕਈ ਪਿੰਡਾਂ ਨਗਰਾਂ ਵਿੱਚੋਂ ਜ਼ਿਲ੍ਹੇ ਮੋਗੇ ਦੇ ਅਤੇ ਲੁਧਿਆਣੇ ਦੇ ਤਾਰਦੇ ਹੋਏ ਗੁਜਰਵਾਲ ਆਏ, ਜਿੱਥੋਂ ਫਤੂਹੀ ਜ਼ਿਮੀਂਦਾਰ ਉਹਦੇ ਕੋਲੋਂ ਸਤਿਗੁਰੂ ਜੀ ਨੇ ਬਾਜ ਦੀ ਮੰਗ ਕੀਤੀ ਅਤੇ ਉਸਨੇ ਦੇਣ ਤੋਂ ਨਾਂਹ ਕਰ ਦਿੱਤੀ। ਪਰ ਜਦੋਂ ਘਰ ਗਿਆ ਅਤੇ ਬਾਜ ਨੇ ਡੋਰਾ ਨਿਗਲ ਲਿਆ ਰੇਸ਼ਮ ਦਾ, ਮਰਦੇ ਹੋਏ ਬਾਜ ਨੂੰ ਵੇਖ ਕੇ ਫਤੂਹੀ ਗੁਰੂ ਸਾਹਿਬ ਕੋਲ ਫਿਰ ਲੈ ਆਇਆ ਅਤੇ ਬਾਜ ਭੇਟਾ ਕਰਕੇ ਮਾਫ਼ੀ ਮੰਗ ਕੇ ਚਲਾ ਗਿਆ। ਉਸ ਨਗਰ 'ਚੋਂ ਮਹਾਰਾਜ ਚਾਲਾ ਪਾ ਕੇ ਕਿਸ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਵੱਲ ਜਾ ਰਹੇ ਨੇ, ਉਹ ਕਥਾ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਹਨ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸਾ ਬਤਾਈ ਸਤਿਗੁਰੂ ਕਰ ਸੋਚ ਸ਼ਨਾਨਾ। ਮਹਾਰਾਜ ਸਾਹਿਬ ਜੀ ਰਾਤ ਗੁਜਰਵਾਲ ਪਿੰਡ ਵਿੱਚ ਬਤੀਤ ਕੀਤੀ ਹੈ। ਅੰਮ੍ਰਿਤ ਵੇਲੇ ਅੰਮ੍ਰਿਤ ਇਸ਼ਨਾਨ ਪਾਣ ਕਰਕੇ ਤਿਆਰ ਵਰ ਤਿਆਰ ਹੋਏ ਹਨ। ਤਿਮਰ ਬਿਨਾਸ਼ ਪ੍ਰਕਾਸ਼ ਭਾ ਹੋਏ ਸਵਧਾਨਾ। ਅੰਮ੍ਰਿਤ ਵੇਲੇ ਸਤਿਗੁਰੂ ਜੀ ਤਿਆਰ ਵਰ ਤਿਆਰ ਹੋ ਕੇ ਸਾਵਧਾਨ ਹੋ ਕੇ ਆਪਣੇ ਸ਼ਸਤਰ ਬਸਤਰ ਪਹਿਨੇ ਹਨ। ਬਸਤਰ ਸ਼ਸਤਰ ਪਹਿਰੇ ਪ੍ਰਭੂ ਹੈ ਨਿਕਟ ਮੰਗਾਇਓ। ਆਪਣੇ ਬਸਤਰ ਸ਼ਸਤਰ ਮੰਗਾ ਕੇ ਆਪਣਾ ਘੋੜਾ ਕੋਲ ਮੰਗਾਇਆ ਹੈ। ਨਾਮ ਜਾਨ ਭਾਈ ਧਰਿਓ ਨੀਕੇ ਉਰ ਭਾਇਓ। ਇਹ ਉਹ ਘੋੜਾ ਹੈ ਜਿਹੜਾ ਵਿਧੀ ਚੰਦ ਜੀ ਜੋਤਸ਼ੀ ਬਣ ਕੇ ਲੈ ਕੇ ਆਏ ਸਨ। ਪਹਿਲਾਂ ਘਾਈ ਬਣ ਕੇ ਲਿਆਂਦਾ ਸੀ ਜਿਹੜਾ ਘੋੜਾ, ਉਹਦਾ ਨਾਂ ਸੀ ਗੁਰਬਾਣ। ਗੁਰੂ ਸਾਹਿਬ ਨੇ ਉਹਦਾ ਨਾਮ ਸੁਹੇਲਾ ਰੱਖ ਲਿਆ ਸੀ। ਉਹ ਮਹਾਰਾਜ ਦੀ ਜੰਗ 'ਚ ਸ਼ਹੀਦੀ ਪਾ ਗਿਆ। ਇੱਕ ਘੋੜਾ ਰਹਿ ਗਿਆ ਜਿਹਨੂੰ ਬਾਦਸ਼ਾਹ ਦਿਲਬਾਗ ਕਹਿੰਦਾ ਸੀ, ਅਤੇ ਗੁਰੂ ਸਾਹਿਬ ਨੇ ਉਹਦਾ ਨਾਮ ਜਾਨ ਭਾਈ ਰੱਖਿਆ। ਬਹੁਤ ਹੀ ਸੋਹਣਾ ਸੁੰਦਰ ਸਰੂਪ ਵਾਲਾ ਇਹ ਘੋੜਾ ਸੀ, ਚਾਲ ਵੀ ਬੜੀ ਸੋਹਣੀ ਸੀ। ਅੱਜ ਮਹਾਰਾਜ ਜਾਨ ਭਾਈ ਦੀ ਪਿੱਠ 'ਤੇ ਸਵਾਰ ਹੋਏ ਹਨ। ਭਏ ਅਰੂਡਨ ਸਤਿਗੁਰੂ ਤੁਮਸਾ ਤੁਮਕਾਰਾ। ਜਦੋਂ ਜਾਨ ਭਾਈ 'ਤੇ ਮਹਾਰਾਜ ਸਵਾਰ ਹੋਏ ਛੇਵੇਂ ਪਾਤਸ਼ਾਹ, ਉੱਧਰੋਂ ਨਗਾਰੇ 'ਤੇ ਚੋਭਾਂ ਵੱਜੀਆਂ। ਸਗਲ ਬਾਹਨੀ ਸੁਣ ਚੜੀ ਹਥਿਆਰਨ ਧਾਰਾ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜਦੋਂ ਚੜ੍ਹੇ ਹਨ ਘੋੜੇ 'ਤੇ, ਨਗਾਰੇ 'ਤੇ ਚੋਭਾਂ ਵੱਜੀਆਂ, ਸਾਰੀਆਂ ਫੌਜਾਂ ਆਪਣੇ ਸ਼ਸਤਰ ਬਸਤਰ ਸਜਾ ਕੇ ਪਿੱਛੇ ਚੜ੍ਹੀਆਂ ਹਨ। ਗਮਨੇ ਮਾਰਕ ਮੈਂ ਤਬੈ ਅਰ ਕਰਤ ਅਖੇਰਾ। ਮਹਾਰਾਜ ਤੁਰੇ ਜਾਂਦੇ ਹੈ, ਰਸਤੇ 'ਚ ਜਾਂਦੇ ਜਾਂਦੇ ਵੀ ਸ਼ਿਕਾਰ ਖੇਡੀ ਜਾਂਦੇ ਹਨ।
ਨਵੇ ਬਾਜ ਕੋ ਸ਼ੋਰ ਤੇ ਭਿਖ ਲਵਾ ਬਟੇਰਾ। ਜਿਹੜਾ ਮਹਾਰਾਜ ਨੂੰ ਨਵਾਂ ਬਾਜ ਫਤੂਹੀ ਜਿਮੀਦਾਰ ਨੇ ਭੇਟਾ ਕੀਤਾ ਸੀ, ਸਤਿਗੁਰੂ ਜੀ ਨੇ ਉਹਨੂੰ ਉਸੇ ਵੇਲੇ ਰਾਜੀ ਕਰ ਲਿਆ ਸੀ। ਉਹ ਬਾਜ ਨੂੰ ਛੱਡਦੇ ਨੇ ਜਦੋਂ ਕੋਈ ਲਵਾ ਬਟੇਰਾ ਨਿਕਲਦਾ ਹੈ। ਪੰਛੀ ਭਿਖੈ ਸੁਕਾਬ ਕੋ ਛੋਰੈ ਤੇ ਪਾਛੇ। ਕੋਈ ਪੰਛੀ, ਕੋਈ ਸੁਰਖਾਬ, ਕੋਈ ਹੋਰ ਪੰਛੀ ਨਿਕਲਦੇ ਨੇ ਬਟੇਰੇ ਤਿੱਤਰ, ਉਹਨਾਂ ਪਿੱਛੇ ਸਤਿਗੁਰੂ ਬਾਜ ਛੱਡ ਦਿੰਦੇ ਨੇ ਸ਼ਿਕਾਰ ਕਰਨ ਵਾਸਤੇ। ਝਪਟਤ ਹੈ ਕਬ ਵੇਖ ਕੋ ਦਿਖਰਾਵਤ ਆਛੇ। ਔਰ ਸਾਧ ਸੰਗਤ ਜੀ, ਬਾਜ ਜਾ ਕੇ ਝਪਟ ਮਾਰਦਾ ਹੈ ਅਤੇ ਸ਼ਿਕਾਰ ਨੂੰ ਮਾਰ ਲੈਂਦਾ ਹੈ। ਸਨੇ ਸਨੇ ਮਗ ਮਹਿ ਚਲਤ ਇਮ ਕਰਤ ਬਿਲਾਸੈ। ਹੌਲੇ ਹੌਲੇ ਰਸਤੇ ਵਿੱਚ ਚਲਦੇ ਨੇ ਬਿਲਾਸ ਕੌਤਕ ਕਰਦੇ ਹੋਏ। ਖੇਰਤ ਭਏ ਸ਼ਿਕਾਰ ਕੋ ਅਵਲੋਕ ਤਮਾਸ਼ਾ। ਔਰ ਸਾਧ ਸੰਗਤ ਜੀ ਸ਼ਿਕਾਰ ਖੇਡਦੇ ਨੇ, ਤਮਾਸ਼ਾ ਵੇਖਦੇ ਸ਼ਿਕਾਰ ਦਾ ਸਤਿਗੁਰੂ ਜਾਣਦੇ ਨੇ। ਜਥਾ ਕਰਮ ਮਗ ਉਲੰਘ ਤੇ ਸਲੀਤਾ ਟਤ ਆਏ। ਸਾਧ ਸੰਗਤ ਜੀ ਜਥਾ ਕਰਮ ਹੌਲੇ ਹੌਲੇ ਪੈਂਡਾ ਲੰਘਦੇ ਹੋਏ ਦਰਿਆ ਸਤਲੁਜ ਦੇ ਕੰਢੇ ਤੇ ਫਲੌਰ ਦੇ ਲਾਗੇ, ਜਿਹੜਾ ਦਰਿਆ ਦਾ ਪੁਲ ਹੈ, ਹੁਣ ਤਾਂ ਪੁਲ ਬਣ ਗਏ ਨੇ, ਉਸ ਜ਼ਮਾਨੇ 'ਚ ਬੇੜੀਆਂ ਦੇ ਪੁਲ ਹੁੰਦੇ ਸਨ। ਉੱਥੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਰਿਆ ਸਤਲੁਜ ਦੇ ਕੰਢੇ ਤੇ ਲੁਧਿਆਣੇ ਤੋਂ ਪਰਾਂ ਉੱਥੇ ਪਹੁੰਚ ਗਏ ਹਨ। ਕਰਨ ਬਾਹਨੀ ਪਾਰ ਸਭ ਕੇਵਟ ਸਮੁਦਾਏ। ਮਹਾਰਾਜ ਨੇ ਉੱਥੇ ਮਲਾਹਾਂ ਨੂੰ ਸੱਦ ਲਿਆ ਸਾਰਿਆਂ ਨੂੰ, ਵੀ ਸਾਡੀ ਫੌਜ ਨੂੰ ਪਾਰ ਲੰਘਾਓ। ਸਾਰੇ ਮਲਾਹ ਜਿਹੜੇ ਹਨ ਆਪਣੀਆਂ ਆਪਣੀਆਂ ਬੇੜੀਆਂ ਲੈ ਕੇ, ਕਿਸ਼ਤੀਆਂ ਲੈ ਕੇ ਆ ਗਏ ਹਨ। ਕਰਨੀ ਕੀਨ ਇਕੱਤਰ ਬਹੁ ਆਵੈ ਇੱਕ ਜਾਈ। ਬਹੁਤ ਸਾਰੀਆਂ ਕਿਸ਼ਤੀਆਂ ਵੱਡੀਆਂ ਬੇੜੀਆਂ ਇਕੱਠੀਆਂ ਕਰ ਲਈਆਂ, ਉਹਨਾਂ ਵਿੱਚ ਘੋੜੇ ਵੀ ਚੜ੍ਹਾਏ, ਆਪਣੇ ਸਿੱਖ ਵੀ ਚੜ੍ਹਾਏ। ਇੱਕ ਇੱਕ ਬੇੜੀ 'ਚ ਪੰਜ ਪੰਜ ਸੱਤ ਸੱਤ ਘੋੜੇ, ਵੱਡੇ ਬੇੜੇ ਹੁੰਦੇ ਸਨ ਦਰਿਆ ਦੇ ਵਿੱਚ, ਉਹਨਾਂ ਵਿੱਚ ਬੇੜੇ ਘੋੜੇ ਸ਼ਸਤਰ ਸਾਰੇ ਲੱਦ ਕੇ ਪਾਰ ਲੰਘਾਏ ਹਨ। ਕਿਸ਼ਤੀਆਂ ਇੱਕ ਪੂਰ ਲੰਘਾ ਕੇ ਆ ਜਾਂਦੀਆਂ, ਦੁਬਾਰਾ ਫਿਰ ਜਾਂਦੀਆਂ। ਇਸ ਤਰ੍ਹਾਂ ਬਹੁਤ ਸਾਰੀ ਫੌਜ ਮਹਾਰਾਜ ਦੇ ਨਾਲ ਜਿਹੜੀ ਹੈ ਉਹ ਮਲਾਹਾਂ ਨੇ ਦਰਿਆ ਸਤਲੁਜ ਤੋਂ ਪਾਰ ਕਰ ਦਿੱਤੀ ਹੈ। ਸੁਭਟਨ ਸਹਿਤ ਪਵੰਗ ਪਵੰਗ ਮਨ ਦੇ ਪਾਰ ਲੰਘਾਈ। ਫੌਜ ਸਮੇਤ, ਘੋੜਿਆਂ ਸਮੇਤ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੁਆਬੇ 'ਚ ਪਹੁੰਚ ਗਈ। ਪਹਿਲਾਂ ਮਾਲਵੇ 'ਚ ਵਿਚਰੇ ਮਹਾਰਾਜ ਸੱਚੇ ਪਾਤਸ਼ਾਹ ਜੀ, ਹੁਣ ਦੁਆਬੇ ਦੇਸ਼ ਨੂੰ, ਜਿਹਨੂੰ ਸਾਧ ਸੰਗਤ ਜੀ ਅੱਜ ਦੁਆਬਾ ਕਹਿੰਦੇ ਹਾਂ, ਫਲੌਰ ਤੋਂ ਲੈ ਕੇ ਇਹ ਬਿਆਸ ਤੱਕ, ਯਾਨੀ ਸਤਲੁਜ ਦਰਿਆ ਤੋਂ ਲੈ ਕੇ ਬਿਆਸਾ ਦਰਿਆ ਦੇ ਵਿੱਚ ਕਾਰਲਾ ਜੋ ਏਰੀਆ ਹੈ, ਜ਼ਿਲ੍ਹਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਇਹ ਜਿਹੜਾ ਇਲਾਕਾ ਇਹਨੂੰ ਦੁਆਬਾ ਕਹਿੰਦੇ। ਦੋ ਆਬਾ, ਦੋ ਪਾਣੀ, ਦੋ ਆਬ ਜਿੱਥੇ ਵਗਦੇ, ਆਬ ਪਾਣੀ ਨੂੰ ਕਹਿੰਦੇ ਹੈ। ਪੰਜਾਬ ਦਾ ਮਤਲਬ ਜਿੱਥੇ ਪੰਜ ਪਾਣੀ ਵਗਦੇ, ਪੰਜ ਦਰਿਆ ਵਗਦੇ, ਉਹਨੂੰ ਪੰਜਾਬ ਕਹਿੰਦੇ ਹੈ। ਜਿੱਥੇ ਦੋ ਦਰਿਆ ਵਗਦੇ ਹਨ ਉਹਨੂੰ ਦੁਆਬ ਕਹਿੰਦੇ ਹੈ, ਅਤੇ ਦੁਆਬ ਵੀ ਕਈ ਹਨ। ਇੱਕ ਤਾਂ ਇਹ ਦੁਆਬਾ ਹੈ ਜਲੰਧਰ ਦੇ ਇਲਾਕੇ ਵਿੱਚ, ਇੱਕ ਦੁਆਬਾ ਬਾਰੀ ਦੁਆਬ ਹੈ ਪਾਕਿਸਤਾਨ ਦੇ ਵਿੱਚ, ਰਾਵੀ ਅਤੇ ਜੇਹਲਮ ਦੇ ਝਨਾਹ ਦੇ ਵਿਚਕਾਰ ਜਿਹੜਾ ਇਲਾਕਾ ਉਹਨੂੰ ਬਾਰੀ ਦੁਆਬ ਕਹਿੰਦੇ ਨੇ। ਨਨਕਾਣਾ ਸਾਹਿਬ ਆਦਿ ਗੁਰਦੁਆਰੇ ਜਿੱਥੇ ਹਨ। ਇੱਕ ਗੰਗ ਦੁਆਬ ਹੈ ਸਾਧ ਸੰਗਤ ਜੀ, ਜਮੁਨਾ ਅਤੇ ਗੰਗਾ ਦੇ ਵਿਚਕਾਰ ਦਾ ਇਲਾਕਾ, ਇਹ ਮੇਰਠ ਵਾਲੇ ਪਾਸੇ ਨੂੰ ਇੱਧਰ ਜਿਹੜਾ ਗੰਗਾ ਜਮੁਨਾ ਟੱਪ ਜਾਈਏ ਉਸ ਤੋਂ ਅੱਗੇ ਅਤੇ ਗੰਗਾ ਤੋਂ ਉਰੇ, ਇਹਨੂੰ ਕਹਿੰਦੇ ਗੰਗ ਦੁਆਬ। ਸੋ ਹੁਣ ਮਹਾਰਾਜ ਦੁਆਬੇ ਦੇਸ਼ 'ਚ ਪਹੁੰਚੇ, ਯਾਨੀ ਕਿ ਫਲੌਰ ਦੇ ਲਾਗੇ ਸਤਿਗੁਰੂ ਜੀ ਪਾਰ ਹੋ ਗਏ ਦਰਿਆ ਤੋਂ।
ਹੋਤ ਕਲਾਹਲ ਘਾਟ ਪਰ ਭਰਪੂਰ ਚਲਾਵੈ। ਸਾਧ ਸੰਗਤ ਜੀ, ਜਦੋਂ ਮਹਾਰਾਜ ਦੀਆਂ ਬੇੜੀਆਂ 'ਚ ਪਾ ਪਾ ਕੇ ਫੌਜਾਂ ਬਾਹਰ ਪਰਲੇ ਪਾਸੇ ਰੰਗਾਈਆਂ ਜਾ ਰਹੀਆਂ ਨੇ, ਘੋੜੇ ਲੱਦ ਕੇ ਬੜੀ ਆਵਾਜ਼ ਆਉਂਦੀ, ਘੋੜੇ ਹਿਣਕਦੇ ਨੇ, ਸਿੰਘ ਜਕਾਰੇ ਬੁਲਾਉਂਦੇ ਨੇ, ਜਾਏ ਉਤਾਰਤ ਪਾਰ ਤੱਟ ਪੁਨ ਤੂਰਨ ਲਿਆਵੈ। ਕਿਸ਼ਤੀਆਂ ਵਾਲੇ ਗੁਰੂ ਸਾਹਿਬ ਜੀ ਦੀ ਫੌਜ ਨੂੰ 5-10-20 ਘੋੜੇ ਇੱਕ ਕਿਸ਼ਤੀ 'ਚ ਲੱਦ ਲੈਂਦੇ ਆ, ਉਹਨਾਂ ਨੂੰ ਪਾਰ ਛੱਡ ਕੇ ਫਿਰ ਵਾਪਸ ਆਉਂਦੇ ਛੇਤੀ ਨਾਲ, ਅਤੇ ਦੂਜਾ ਪੂਰ ਭਰ ਕੇ ਫਿਰ ਲੈ ਜਾਂਦੇ ਹਨ। ਇਸ ਤਰ੍ਹਾਂ ਕਈ ਕਿਸ਼ਤੀਆਂ ਲੱਗੀਆਂ ਹੋਈਆਂ ਹਨ ਗੁਰੂ ਦੀ ਫੌਜ ਨੂੰ ਪਾਰ ਲੰਘਾਉਣ ਵਾਸਤੇ। ਇਸ ਬਿਦਕੇਤਕ ਕਾਲ ਮੈਂ ਸਭ ਪਾਰ ਲੰਘਾਏ। ਇਸ ਤਰ੍ਹਾਂ ਕੁਝ ਸਮੇਂ ਵਿੱਚ ਸਾਰੀ ਫੌਜ ਗੁਰੂ ਮਹਾਰਾਜ ਦੀ ਪਾਰ ਲੰਘਾ ਦਿੱਤੀ ਦਰਿਆ ਤੋਂ। ਸ੍ਰੀ ਹਰਗੋਬਿੰਦ ਹੇਤ ਪੁੰਨ ਤਰਨੀ ਸ਼ੁਭ ਲਿਆਏ। ਫਿਰ ਇੱਕ ਬੜੀ ਸੋਹਣੀ ਵਧੀਆ ਚੰਗੀ ਸਾਫ਼ ਸੁਥਰੀ ਕਿਸ਼ਤੀ ਜਿਹੜੀ ਉੱਥੇ ਮਸ਼ਹੂਰ ਸੀ ਉਹ ਲਿਆਂਦੀ ਹੈ ਗੁਰੂ ਸਾਹਿਬ 6ਵੇਂ ਪਾਤਸ਼ਾਹ ਦੇ ਵਾਸਤੇ। ਉਤੀ ਨਵੀਨੀ ਦਰਗਾਹ ਬਹੁ ਰੰਗ ਲਗਾਏ। ਕਹਿੰਦੇ ਨਵੀਂ ਕਿਸ਼ਤੀ ਬਣਾਈ ਹੋਈ ਸੀ ਅਤੇ ਉਹਨੂੰ ਰੰਗ ਕੀਤਾ ਹੋਇਆ ਸੀ, ਸਾਫ਼ ਸੁਥਰੀ ਸੀ। ਤੁਰਕੇਸ਼ਰ ਕੇ ਹੇਤ ਜੇ ਆਛੀ ਬਣਾਏ। ਇਹ ਤਾਂ ਰੱਖੀ ਹੋਈ ਸੀ ਵੀ ਕਦੀ ਕਦਾਈ ਬਾਦਸ਼ਾਹ ਵੀ ਆਉਂਦਾ, ਦਿੱਲੀ ਤੋਂ ਲਾਹੌਰ ਜਾਂਦਾ ਹੋਇਆ, ਲਾਹੌਰ ਤੋਂ ਦਿੱਲੀ ਜਾਂਦਾ ਹੋਇਆ, ਇਸੇ ਕਿਸ਼ਤੀ 'ਚ ਬਹਿ ਕੇ ਬਾਦਸ਼ਾਹ ਵੀ ਲੰਘਦਾ ਹਿੰਦੁਸਤਾਨ ਦਾ। ਔਰ ਪ੍ਰਸੰਨ ਗੁਰ ਕੋ ਕਰਨ ਤਟ ਪਰ ਥਿਰਕਾਰੀ। ਉਹ ਜਿਹੜਾ ਸੀਗਾ ਮੱਲਾ ਉਹ ਕੋਈ ਗਿਆਨਵਾਨ ਸੀ, ਸਮਝਦਾਰ ਸੀ। ਉਹਨੇ ਸੋਚਿਆ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਨ ਦੁਨੀਆ ਦੇ ਮਾਲਕ ਹਨ, ਇਹ ਤਾਂ ਸੱਚੇ ਪਾਤਸ਼ਾਹ ਹਨ, ਇਹਨਾਂ ਨੂੰ ਵਧੀਆ ਕਿਸ਼ਤੀ 'ਚ ਲੈ ਕੇ ਜਾਣਾ। ਉਹਨੇ ਗੁਰੂ ਮਹਾਰਾਜ ਵਾਸਤੇ ਉਹ ਕਿਸ਼ਤੀ ਕਿਨਾਰੇ 'ਤੇ ਲਾ ਕੇ ਖੜ੍ਹੀ ਕਰ ਦਿੱਤੀ। ਹਾਥ ਜੋਰ ਕੈਵਟ ਤਵੈ ਇਮ ਬਿਨੈ ਉਚਾਰੀ। ਉਸ ਮਲਾਹ ਨੇ, ਉਸ ਖੇਵਟ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕੀਤੀ, ਮਹਾਰਾਜ ਸਭ ਬਾਹਨੀ ਹਮ ਪਾਰ ਲੰਘਾਈ। ਉਸ ਸਾਰੇ ਮਲਾਹਾਂ ਦਾ ਸਰਦਾਰ ਸੀ, ਉਹਨਾਂ ਦੀ ਜਿਹੜੀ ਉਹ ਮਲਾਹਾਂ ਦੀ ਉੱਥੇ ਜਥੇਬੰਦੀ ਸੀ, ਉਹਨਾਂ ਦਾ ਮੁਖੀਆ ਸੀ ਉਹ ਮਲਾਹ। ਉਹਦੇ ਕੋਲ ਬੜੀ ਵਧੀਆ ਨਵੀਂ ਸੁੰਦਰ ਕਿਸ਼ਤੀ ਬਾਦਸ਼ਾਹ ਦੀ ਸਵਾਰੀ ਵਾਲੀ ਉਹ ਲੈ ਕੇ ਆਇਆ ਅਤੇ ਗੁਰੂ ਮਹਾਰਾਜ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਰੀ ਫੌਜ ਅਸੀਂ ਪਾਰ ਲੰਘਾ ਦਿੱਤੀ ਹੈ। ਰਾਵਰ ਕੇਰ ਚੜਾਵ ਨੇ ਇਹੋ ਤਰਨੀ ਆਈ। ਆਪ ਜੀ ਨੂੰ ਪਾਰ ਲੰਘਾਉਣ ਵਾਸਤੇ ਇਹ ਕਿਸ਼ਤੀ ਮਹਾਰਾਜ ਜੀ ਆਈ ਹੈ, ਆਪ ਜੀ ਇਹਦੇ 'ਤੇ ਸਵਾਰ ਹੋ ਕੇ ਦਰਿਆ ਤੋਂ ਪਾਰ ਚੱਲੀਏ। ਦਿਨ ਸਾਰੇ ਮਹਿ ਪਾਰ ਕਰ ਅਬ ਆਪ ਚੜੀ ਜਾ। ਸਾਰੇ ਦਿਨ ਤੁਹਾਡੀ ਫੌਜ ਪਾਰ ਲੰਘਦੀ ਰਹੀ, ਸਾਰੀ ਫੌਜ ਪਾਰ ਲੰਘ ਗਈ ਹੈ, ਹੁਣ ਆਪ ਜੀ ਇਹਦੇ 'ਤੇ ਚੜ੍ਹੋ ਅਤੇ ਆਪ ਜੀ ਵੀ ਪਾਰ ਦੁਆਬੇ ਵਿੱਚ ਚਰਨ ਪਾਓ। ਸਲੇਤਾ ਤਦਰਵ ਦਰਗਾਹ ਚੜ ਪਾਰ ਕਰੀ ਜਾ। ਮਹਾਰਾਜ ਜਿਹੜੀ ਵੱਡੀ ਨਦੀ ਵੱਡਾ ਦਰਿਆ ਹੈ ਸਤਲੁਜ, ਇਹਨੂੰ ਕਿਰਪਾ ਕਰਕੇ ਪਾਰ ਕਰੋ, ਮੇਰੀ ਕਿਸ਼ਤੀ 'ਚ ਬੈਠੋ, ਸਤਿਗੁਰੂ ਜੀ ਮੈਂ ਤੁਹਾਨੂੰ ਪਾਰ ਛੱਡ ਕੇ ਆਵਾਂ। ਸੁਣ ਕੇ ਵਟਕੀ ਬਿਨੈ ਕੋ ਉੱਠ ਚਲੇ ਕਿਰਪਾਲਾ। ਉਸ ਮਲਾਹ ਦੀ ਬੇਨਤੀ ਸੁਣ ਕੇ ਮਹਾਰਾਜ ਕਿਰਪਾਲੂ ਸਤਿਗੁਰੂ ਜੀ ਉੱਠੇ ਹਨ ਅਤੇ ਉਹਦੇ ਨਾਲ ਕਿਸ਼ਤੀ 'ਚ ਬਹਿਣ ਲਈ ਚੱਲ ਪਏ ਹਨ। ਸੈਲ ਕਰਾਵਤ ਨੀਰ ਕੀ ਲੈ ਚਲੇ ਬਿਲਾਸਾ ਬਿਸਾਲਾ। ਮਹਾਰਾਜ ਨੂੰ ਵਿੱਚ ਬਿਠਾ ਕੇ ਅਤੇ ਉਹਨੇ ਚੱਪੂ ਲਾਉਣੇ ਸ਼ੁਰੂ ਕਰ ਦਿੱਤੇ। ਹੌਲੇ ਹੌਲੇ ਦਰਿਆ ਸਤਲੁਜ ਪਾਰ ਕਰਾਉਂਦਾ, ਚੱਪੂ ਲਾਉਂਦਾ ਹੈ, ਨਾਲੇ ਦਰਿਆ ਦੀ ਗੁਰੂ ਸਾਹਿਬ ਨੂੰ ਸੈਲ ਕਰਾਉਂਦਾ ਹੈ।
ਔਰ ਪ੍ਰਸੰਨ ਸਤਿਗੁਰ ਕਰੇ ਗੰਧਰਵ ਦਵਾਏ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰਸੰਨ ਕਰ ਲਿਆ, ਖੁਸ਼ ਕਰ ਲਿਆ, ਅਤੇ ਗੁਰੂ ਸਾਹਿਬ ਜੀ ਨੇ ਉਹਨੂੰ ਮਾਇਆ ਵੀ ਬੜੀ ਦਿੱਤੀ, ਕਿਉਂਕਿ ਸਾਰਾ ਦਿਨ ਉਹਨਾਂ ਵਿਚਾਰਿਆਂ ਮਲਾਹਾਂ ਨੇ, ਗਰੀਬਾਂ ਨੇ ਗੁਰੂ ਸਾਹਿਬ ਦੀ ਫੌਜ ਨੂੰ ਪਾਰ ਲੰਘਾਇਆ ਸੀ। ਅਤੇ ਗੁਰੂ ਸਾਹਿਬ ਕਿਸੇ ਦਾ ਹੱਕ ਨਹੀਂ ਰੱਖਦੇ। ਸਾਧ ਸੰਗਤ ਜੀ, ਜਿਹੜੇ ਕੰਮ ਮਾਇਆ ਨਾਲ ਹੁੰਦੇ ਉਹ ਮਾਇਆ ਨਾਲ ਹੀ ਹੁੰਦੇ। ਮਾਇਆ ਦਾਸੀ ਹੈ ਪਰਮੇਸ਼ੁਰ ਦੀ, ਸੰਸਾਰ ਦਾ ਵਿਹਾਰ ਚਲਾਉਣ ਵਾਸਤੇ ਹੈ। ਹਰ ਇੱਕ ਗਰੀਬ ਬੰਦੇ ਨੇ ਰੋਟੀ ਖਾਣੀ ਹੈ, ਸਾਰਿਆਂ ਨੂੰ ਉਹਨਾਂ ਦੀ ਕਮਾਈ ਮਿਹਨਤ ਦਾ ਫਲ ਮਿਲਣਾ ਚਾਹੀਦਾ। ਸ਼ਰਧਾ ਉਹਨਾਂ ਦੀ ਬਹੁਤ ਸੀ ਗੁਰੂ ਸਾਹਿਬ ਤੋਂ, ਮਾਇਆ ਉਹ ਲੈਣੀ ਨਹੀਂ ਸੀ ਚਾਹੁੰਦੇ, ਪਰ ਮਹਾਰਾਜ ਨੇ ਉਹਨਾਂ ਨੂੰ ਆਪਣੇ ਹੱਥੀਂ ਖੁੱਲ੍ਹੀ ਮਾਇਆ ਵਰਤਾਈ ਹੈ। ਲੀਨ ਰਜ ਤਪਨ ਪੰਜ ਸੈ ਕੇ ਵਟ ਹਰ ਖਾਏ। ਅਤੇ ਮਹਾਰਾਜ ਨੇ 500 ਰੁਪਈਆ ਦਿੱਤਾ ਸਾਰਿਆਂ ਨੂੰ, ਉਹਨਾਂ ਮਲਾ ਉਦੋਂ 500 ਦੀ ਬੜੀ ਵੈਲਿਊ ਸੀ। ਅੱਜ ਤੋਂ 500-400 ਸਾਲ ਪਹਿਲਾਂ 500 ਰੁਪਈਆ ਬਹੁਤ ਸੀ, ਖੁੱਲ੍ਹੇ ਹੱਥੀਂ। ਹਾਲਾਂਕਿ ਉਹਨਾਂ ਨੂੰ ਇੰਨਾ ਪੈਸਾ ਕਦੀ ਕੋਈ ਦਿੰਦਾ ਨਹੀਂ ਸੀ, ਜਿੰਨਾ ਗੁਰੂ ਸਾਹਿਬ ਨੇ ਉਹਨਾਂ ਨੂੰ ਦਿੱਤਾ। ਮਲਾਹਾਂ ਨੂੰ ਸਾਰੇ ਮਲਾਹ ਖੁਸ਼ ਹੋ ਗਏ। ਉਤਰੇ ਪਾਰ ਕਰਾਰ ਪਰ ਤਦਰਵ ਜਲ ਹੇਰੇ। ਪਰਲੇ ਕਿਨਾਰੇ 'ਤੇ ਦੁਆਬੇ ਵਾਲੇ ਪਾਸੇ, ਲੁਧਿਆਣੇ ਵਾਲੇ ਪਾਸਿਓਂ ਗੁਰੂ ਸਾਹਿਬ ਜੀ ਜਲੰਧਰ ਵਾਲੇ ਪਾਸੇ, ਜਿਹੜਾ ਦਰਿਆ ਦਾ ਹਿੱਸਾ ਹੈ ਕਹਿ ਲਓ ਵੀ, ਫਲੌਰ ਦੇ ਲਾਗੇ ਉਧਰ ਪਰਲੇ ਪਾਸੇ ਜਾ ਉਤਰੇ ਹਨ। ਸਕਲ ਬਾਹਨੀ ਰੁਚਰ ਥਲ ਕੀ ਨਸਜ ਹੈ ਡੇਰੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਨੇ ਉੱਥੇ ਜਾ ਡੇਰਾ ਕੀਤਾ। ਖਾਨ ਪਾਨ ਸਤਿਗੁਰ ਕਰੇ ਤੈ ਹੈ ਨਿਸਾ ਪਿਤਾਈ। ਉੱਥੇ ਲੰਗਰ ਪਾਣੀ ਛਕ ਕੇ, ਘੋੜੇ ਬੰਨ ਕੇ, ਘੋੜਿਆਂ ਨੂੰ ਘਾਹ ਪੱਠਾ ਪਾ ਕੇ ਰਾਤ ਬਤੀਤ ਕੀਤੀ ਹੈ। ਭਈ ਪ੍ਰਾਤ ਕਰ ਸੋਚ ਕੋ ਮਜੇ ਗੋਸਾਈ। ਉੱਥੇ ਮਹਾਰਾਜ ਸੋਚ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਤਿਆਰ ਬਰ ਤਿਆਰ ਹੋਏ ਹਨ। ਬਸਤਰ ਸ਼ਸਤਰ ਕੋ ਪਹਿਰ ਕੈ ਆਰੂੜ ਤਿਰੰਗਾ। ਬਸਤਰ ਸ਼ਸਤਰ ਪਹਿਨ ਕੇ ਮਹਾਰਾਜ ਛੇਵੇਂ ਪਾਤਸ਼ਾਹ ਘੋੜੇ ਤੇ ਸਵਾਰ ਹੋਏ ਹਨ। ਗਮਨ ਕੀਨ ਸਤਿਗੁਰ ਪ੍ਰਭੂ ਜਿਨ ਕੋ ਜਸ ਗੰਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚੱਲੇ ਹਨ, ਜਿਨ੍ਹਾਂ ਦਾ ਜਸ ਗੰਗਾ ਦੀ ਤਰ੍ਹਾਂ ਪਵਿੱਤਰ ਹੈ। ਯਥਾ ਕਰਮ ਮਗ ਕੋ ਉਲੰਘ ਪਹੁੰਚੇ ਤਬ ਜਾਈ। ਯਥਾ ਕਰਮ ਸਾਰਾ ਪਿੰਡਾ ਲੰਘ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉੱਥੇ ਜਾ ਪਹੁੰਚੇ। ਸ੍ਰੀ ਕਰਤਾਰਪੁਰਾ ਜਹਾਂ ਗੁਰ ਤ੍ਰਿਚਿਓ ਬਣਾਈ। ਜੋ ਗੁਰੂ ਕੀ ਪਵਿੱਤਰ ਨਗਰੀ ਹੈ ਕਰਤਾਰਪੁਰ ਸਾਹਿਬ ਜਲੰਧਰ ਦੇ ਲਾਗੇ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੁਆਬੇ 'ਚ ਸਿੱਖੀ ਦਾ ਪ੍ਰਚਾਰ ਕਰਨ ਲਈ ਬਣਾਇਆ ਸੀ। ਇੱਥੇ ਗੰਗਸਰ ਖੂਹ ਬਣਾਇਆ ਸੀ ਅਤੇ ਇੱਥੇ ਗੁਰੂ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਰਹੇ ਹਨ। ਇੱਥੇ ਗੁਰੂ ਸਾਹਿਬ ਜੀ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਵੀ ਮੌਜੂਦ ਹੈ, ਜਿਹਨੂੰ ਆਪਾਂ ਕਰਤਾਰਪੁਰੀ ਬੀੜ ਕਹਿੰਦੇ ਹਾਂ। ਭਾਈ ਗੁਰਦਾਸ ਜੀ ਦੇ ਹੱਥ ਦਾ ਲਿਖਿਆ ਉਹ ਸਰੂਪ ਬਾਬਾ ਧੀਰਮੱਲ ਜੀ ਦੇ ਘਰ ਅੱਜ ਵੀ ਮੌਜੂਦ ਹੈ। ਸੋ ਸਾਧ ਸੰਗਤ ਜੀ, ਇਹ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਛੇਵੇਂ ਪਾਤਸ਼ਾਹ ਆ ਪਹੁੰਚੇ ਹਨ। ਸਰਬ ਜਹਾਂ ਪਰਿਵਾਰ ਹੈ ਗੁਰ ਕੋ ਹਿਤਕਾਰੀ। ਜਿੱਥੇ ਗੁਰੂ ਦਾ ਸਾਰਾ ਪਰਿਵਾਰ ਰਹਿ ਰਿਹਾ, ਗੁਰੂ ਸਾਹਿਬ ਦੇ ਬੱਚੇ ਹਨ, ਗੁਰੂ ਸਾਹਿਬ ਆਪਣੇ ਪਰਿਵਾਰ ਕੋਲ ਆ ਗਏ ਹਨ। ਹਿਰਦੈ ਪ੍ਰਤੀਖਤ ਰਹਿਤ ਹੈ ਕਬ ਦਰਸਨਿਹਾਰੀ। ਇੱਥੇ ਮਾਤਾ ਨਾਨਕੀ ਮਾਂ ਦੇਵੀ ਉਡੀਕਦੇ ਰਹਿੰਦੇ, ਗੁਰੂ ਸਾਹਿਬ ਕਦੋਂ ਆ ਕੇ ਦਰਸ਼ਨ ਦੇਣਗੇ। ਬਨਿਤਾ ਨੁਖਾਸ ਪੁੱਤਰ ਬਸ ਅਰ ਪੁੱਤਰ ਅਛੇਰੇ। ਇੱਥੇ ਮਹਾਰਾਜ ਦੇ ਦੋ ਮਹਿਲ, ਮਾਤਾ ਨਾਨਕੀ ਅਤੇ ਮਾਤਾ ਮਹਾਦੇਵੀ ਜੀ, ਉਹਨਾਂ ਨੂੰ ਸਤਿਗੁਰੂ ਜੀ ਨੇ ਦਰਸ਼ਨ ਦਿੱਤੇ ਹਨ।
ਅਤੇ ਪੁੱਤਰ ਬਾਬਾ ਗੁਰਦਿੱਤਾ ਜੀ ਅਤੇ ਪੋਤਰੇ ਬਾਬਾ ਧੀਰਮੱਲ ਜੀ ਨੂੰ ਗੋਦੀ ਚੁੱਕਿਆ ਹੈ। ਕਬ ਕਰ ਹੈ ਆਗਵਨ ਕੋ ਇਮ ਚਹਿਤ ਕਨੇਰੇ। ਸਾਰੀ ਫੈਮਿਲੀ ਗੁਰੂ ਦੀ, ਸਾਰਾ ਪਰਿਵਾਰ ਸਤਿਗੁਰਾਂ ਦਾ ਉਡੀਕ ਰਿਹਾ ਸੀ ਕਦੋਂ ਆਉਣਗੇ ਮਹਾਰਾਜ ਜੀ, ਕਦੋਂ ਆਉਣਗੇ। ਕਈ ਮਹੀਨੇ ਹੋ ਗਏ ਸੀ ਵਿਛੜਿਆਂ ਨੂੰ, ਅਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਏ ਹਨ, ਸਾਰੇ ਪਰਿਵਾਰ ਨੂੰ ਬੜੀ ਖੁਸ਼ੀ ਹੋਈ ਹੈ। ਗੁਰੂ ਦੂਰ ਪੁਰ ਤੇ ਹੁਤੇ ਧੌਂਸਾ ਤੁੰਕਾਰੇ। ਜਦੋਂ ਮਹਾਰਾਜ ਦਾ ਨਗਾਰਾ ਵੱਜਿਆ, ਦੂਰੋਂ ਹੀ ਸੁਣਾਈ ਦਿੱਤਾ ਪਿੰਡ ਵਾਲਿਆਂ ਨੂੰ। ਨਰਨ ਸੁਨੀ ਧੁਨੀ ਕਾਨ ਮਹਿ ਚਿਤ ਕੀਨ ਵਿਚਾਰੇ। ਜਦੋਂ ਪਿੰਡ ਵਾਲਿਆਂ ਨੇ ਇਹ ਆਵਾਜ਼ ਸੁਣੀ ਨਗਾਰੇ ਦੀ, ਤੇ ਮਨ ਚ ਵਿਚਾਰ ਕੀਤਾ ਵੀ ਗੁਰੂ ਸਾਹਿਬ ਜੀ ਆ ਰਹੇ ਨੇ। ਨਿਸ਼ਚੈ ਕਰ ਆਗਮਨ ਗੁਰ ਬੜ ਆਨੰਦ ਰਾਚੇ। ਮਹਾਰਾਜ ਆ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦਾ ਨਗਾਰਾ ਵੱਜ ਰਿਹਾ ਹੈ। ਬੜਾ ਮਨ ਨੂੰ ਪ੍ਰਸੰਨਤਾ ਹੋਈ, ਬੜੀ ਖੁਸ਼ੀ ਹੋਈ ਪਿੰਡ ਵਾਲਿਆਂ ਨੂੰ, ਗੁਰੂ ਕੇ ਪਰਿਵਾਰ ਨੂੰ ਵੀ ਅਤੇ ਸੰਗਤਾਂ ਨੂੰ ਵੀ। ਮਨੋ ਮੋਰ ਘਨਘੋਰ ਤੇ ਕਰ ਸ਼ੋਰ ਉਬਾਚੇ। ਕਵੀ ਜੀ ਲਿਖਦੇ ਹੈ ਜਿਵੇਂ ਕਾਲੇ ਬੱਦਲਾਂ ਦੀ ਘਨਘੋਰ ਨੂੰ ਸੁਣ ਕੇ ਅਤੇ ਮੋਰ ਸ਼ੋਰ ਮਚਾਉਂਦੇ ਹਨ। ਮੋਰ ਪੈਲਾਂ ਪਾਉਣ ਲੱਗ ਜਾਂਦੇ ਬੱਦਲਾਂ ਦੀ, ਜਦੋਂ ਗੜਗੜਾਹਟ ਸੁਣਦੇ ਨਾ, ਬੱਦਲ ਗਰਜਦੇ ਨੇ, ਉਹਨਾਂ ਦੀ ਧੁਨੀ ਨੂੰ ਸੁਣ ਕੇ ਅਤੇ ਮੋਰ ਖੁਸ਼ ਹੁੰਦੇ, ਉਸੇ ਵੇਲੇ ਪੈਰ ਪਹਿਲਾਂ ਪਾਉਣ ਲੱਗ ਜਾਂਦੇ ਹਨ। ਇੱਦਾਂ ਸਿੱਖਾਂ ਨੂੰ ਖੁਸ਼ੀ ਹੋਈ ਵੀ ਸਾਡੇ ਸਤਿਗੁਰੂ ਜੀ ਆ ਗਏ ਹਨ। ਕਹਿੰਦੇ ਲੋਕ ਇੱਧਰ ਉੱਧਰ ਦੌੜੇ ਫਿਰਦੇ, ਇੱਕ ਦੂਜੀ ਨੂੰ ਖਬਰਾਂ ਦਿੰਦੇ, ਆਓ ਬਈ ਛੇਤੀ ਘਰ ਦੇ ਕੰਮ ਛੱਡੋ, ਮਹਾਰਾਜ ਛੇਵੇਂ ਪਾਤਸ਼ਾਹ ਜੀ ਆਏ ਨੇ, ਚੱਲ ਕੇ ਦਰਸ਼ਨ ਕਰੀਏ, ਗੁਰੂ ਸਾਹਿਬ ਦਾ ਸਵਾਗਤ ਕਰੀਏ। ਇਹ ਸਾਧ ਸੰਗਤ ਜੀ ਮਰਯਾਦਾ ਹੁੰਦੀ ਸੀ, ਵੱਡੇ ਪੁਰਸ਼ਾਂ ਦਾ ਸਵਾਗਤ ਕਰਨ ਲਈ ਸਾਰਾ ਪਿੰਡ ਤੁਰ ਪੈਂਦਾ ਸੀ। ਅੱਜ ਕੱਲ੍ਹ ਤਾਂ ਕੋਈ ਕਿਸੇ ਨੂੰ ਪਤਾ ਹੀ ਨਹੀਂ ਵੀ ਸਵਾਗਤ ਕਰੀਦਾ ਕਿਵੇਂ ਆ, ਸਤਿਕਾਰ ਕਿਵੇਂ ਕਰੀਦਾ। ਸਾਰਾ ਹੀ ਨਗਰ ਮਹਾਰਾਜ ਦੇ ਸਤਿਕਾਰ ਵਿੱਚ ਜੁੜ ਗਿਆ। ਕਰਤ ਕੁਲਾਹਲ ਆਪ ਮਹਿ ਸ੍ਰੀ ਸਤਿਗੁਰ ਆਵੈ। ਕਹਿੰਦੇ ਆਪਸ 'ਚ ਬੜਾ ਕੁਲਾਹਲ ਕਰਦੇ ਹੋਏ, ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ, ਸਾਡੇ ਸਤਿਗੁਰੂ ਆ ਰਹੇ, ਚੱਲੀਏ ਭਾਈ ਦਰਸ਼ਨ ਕਰੀਏ, ਮਹਾਰਾਜ ਜੀ ਆਏ ਹਨ। ਸਗਰੇ ਪੁਰ ਮੈਂ ਸੁਧ ਭਈ ਸਭ ਤਿਆਗੋ ਕਾਜਾ। ਸਾਰੇ ਪਿੰਡ 'ਚ ਖਬਰ ਹੋਈ ਬਈ ਸਾਰੇ ਕੰਮ ਛੱਡ ਕੇ ਗੁਰੂ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਲੈਣ ਚੱਲੀਏ। ਤਤਪਰ ਇੱਕ ਗੁਰ ਦਿਖਬੇ ਰਹੀਅਤ ਨਿਜ ਰਾਜਾ। ਕਹਿੰਦੇ ਬਸ ਇੱਕੋ ਹੀ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੈ, ਗੁਰੂ ਸਾਹਿਬ ਮਹਾਰਾਜ ਨੂੰ ਵੇਖਣਾ ਹੈ। ਇਸ ਕਰਕੇ ਅਜਿਵੇਂ ਰਹੀਏ ਤਾਂ ਪ੍ਰਜਾ ਆਪਣੇ ਰਾਜੇ ਨੂੰ ਦੇਖਣ ਜਾਂਦੀ ਹੈ ਨਾ, ਇੱਦਾਂ ਗੁਰੂ ਦੇ ਸਿੱਖ ਆਪਣੇ ਗੁਰੂ ਨੂੰ ਦੇਖਣ ਲਈ ਉਤਾਵਲੇ ਹਾਂ। ਚਲੋ ਚੱਲ ਕੇ ਦਰਸ਼ਨ ਕਰੀਏ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ, ਮੋਹ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਉ। ਉਹਨਾਂ ਗੁਰੂ ਕੇ ਸਿੱਖਾਂ ਦਾ ਜਿਹੜਾ ਦਰਸ਼ਨਾਂ ਤੋਂ ਬਿਨਾਂ ਇੱਕ ਪਲ ਪਲ ਵੀ ਔਖਾ ਲੰਘਦਾ ਸੀ, ਮਨ ਪ੍ਰਸੰਨ ਹੋ ਗਿਆ ਜਦੋਂ ਛੇਵੇਂ ਪਾਤਸ਼ਾਹ ਦੇ ਨਗਾਰੇ ਦੀ ਧੁਨੀ ਸੁਣੀ ਹੈ। ਸ੍ਰੀ ਗੁਰਦਿੱਤਾ ਹਿਉ ਚੜਿਓ ਸੂਰਜ ਮਲਕ ਸੰਗਾ। ਬਾਬਾ ਗੁਰਦਿੱਤਾ ਜੀ ਗੁਰੂ ਸਾਹਿਬ ਨੂੰ ਅੱਗੋਂ ਦੀ ਲੈਣ ਲਈ ਘੋੜੇ 'ਤੇ ਚੜ ਕੇ ਨਾਲ ਬਾਬਾ ਸੂਰਜਮੱਲ ਜੀ ਨੂੰ ਲੈ ਲਿਆ। ਇਹ ਮਹਾਰਾਜ ਦੇ ਦੂਜੇ ਨੰਬਰ ਦੇ ਸਾਹਿਬਜ਼ਾਦੇ ਬਾਬਾ ਸੂਰਜਮੱਲ ਜੀ, ਪਹਿਲੇ ਨੰਬਰ ਦੇ ਬਾਬਾ ਗੁਰਦਿੱਤਾ ਜੀ, ਵੱਡੇ ਬਾਬਾ ਗੁਰਦਿੱਤਾ ਜੀ ਸਨ, ਉਹਨਾਂ ਤੋਂ ਛੋਟੇ ਬਾਬਾ ਸੂਰਜਮੱਲ ਜੀ ਸਨ। ਤੀਜੇ ਨੰਬਰ 'ਤੇ ਬਾਬਾ ਅਣੀ ਰਾਏ ਜੀ,
ਅਤੇ ਚੌਥੇ ਤੇ ਬਾਬਾ ਅਟਲ ਰਾਏ ਜੀ ਸੀ, ਜੋ ਉਹਨਾਂ ਦਾ ਸਰੀਰ ਸ਼ਾਂਤ ਹੋ ਚੁੱਕਾ ਹੈ, ਪਹਿਲੇ ਕਥਾ ਆ ਚੁੱਕੀ ਹੈ। ਪੰਜਵੇਂ ਤੇ ਗੁਰੂ ਤੇਗ ਬਹਾਦਰ ਜੀ ਸਨ। ਇਸ ਤਰ੍ਹਾਂ ਇਹ ਗੁਰੂ ਦੇ ਬੱਚੇ, ਗੁਰੂ ਦਾ ਪਰਿਵਾਰ ਸੀ। ਹਾਂਜੀ, ਤੇਗ ਬਹਾਦਰ ਤੁਰਤ ਚੜ ਮੰਗਵਾਏ ਤਿਰੰਗਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ ਛੇਤੀ ਨਾਲ ਘੋੜੇ ਤੇ ਸਵਾਰ ਹੋਏ ਨੇ, ਆਪਣੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਵਾਗਤ ਕਰਨ ਲਈ ਅੱਗੇ ਨੂੰ ਤੁਰ ਪਏ ਹਨ। ਅਪਰ ਲੋਕ ਬਹੁਤ ਚੜ ਚਲੇ ਹੋਏ ਇਨਕੈ ਸਾਥਾ। ਕਹਿੰਦੇ ਬਹੁਤ ਪਿੰਡ ਦੇ ਲੋਕ, ਫੌਜਾਂ ਜਿਹੜੀਆਂ ਮਹਾਰਾਜ ਨਾਲ ਪਿੱਛੇ ਛੱਡ ਗਏ ਸੀ, ਉਹ ਸਾਰੇ ਨਾਲ ਚੱਲੇ ਗੁਰੂ ਸਾਹਿਬ ਦਾ ਸਵਾਗਤ ਕਰਨ ਲਈ। ਲੈ ਪ੍ਰਸਾਦ ਮਨ ਭਾਵ ਤੇ ਅਵਲੋਕਨ ਨਾਥਾ। ਪਿੰਡ ਵਾਲੇ ਕੋਈ ਮਹਾਰਾਜ ਵਾਸਤੇ ਪਤਾਸੇ ਥਾਲ 'ਚ ਪਾ ਕੇ ਲੈ ਚੱਲਿਆ, ਕੋਈ ਮਿਸ਼ਰੀ, ਕੋਈ ਛੁਹਾਰੇ ਅਤੇ ਕੋਈ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹੀ ਲੈ ਤੁਰਿਆ। ਮਹਾਰਾਜ ਦਾ ਸਵਾਗਤ ਕਰਨ ਲਈ ਸੰਗਤਾਂ ਨੂੰ ਦੇ ਛਕਾਵਾਂਗੇ, ਜਿਹੜੀ ਫੌਜ ਆ ਰਹੀ ਉਹਨਾਂ ਦਾ ਮੂੰਹ ਮਿੱਠਾ ਕਰਾਵਾਂਗੇ, ਕੋਈ ਗੁੜ ਭੇਲੀ ਚੁੱਕੀ ਜਾਂਦਾ, ਇਹਦਾ ਭਾਵਨਾ ਨਾਲ ਸਿੱਖ ਭੇਟਾਵਾਂ ਲੈ ਕੇ ਤੁਰ ਪਏ ਨੇ। ਆਏ ਅਗਾਓ ਗੁਰ ਮਿਲੇ ਪਗ ਪੰਕਜ ਬੰਦੇ। ਅੱਗੇ ਆ ਗਏ, ਇੱਕ ਮੀਲ ਡੇਢ ਮੀਲ ਬਾਹਰ ਆ ਕੇ ਸ਼ਹਿਰ ਤੋਂ, ਕਰਤਾਰਪੁਰ ਤੋਂ ਗੁਰੂ ਸਾਹਿਬ ਨੂੰ ਮਿਲੇ ਜਲੰਧਰ ਦੇ ਲਾਗੇ, ਤੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਸ੍ਰੀ ਹਰਗੋਬਿੰਦ ਚੰਦ ਪਿਖ ਆਨੰਦ ਬਿਲੰਦੇ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਜੀ ਨੇ ਜਦੋਂ ਸੰਗਤਾਂ ਨੂੰ ਦਰਸ਼ਨ ਦਿੱਤੇ ਤੇ ਸੰਗਤਾਂ ਦੇ ਆਨੰਦ ਦੀ, ਖੁਸ਼ੀ ਦੀ ਕੋਈ ਹੱਦ ਨਹੀਂ ਰਹੀ, ਬਹੁਤ ਜ਼ਿਆਦਾ ਆਨੰਦ ਆਇਆ ਹੈ। ਕੁਸ਼ਲ ਪ੍ਰਸੰਨ ਕਰ ਸਭਨ ਸੋ ਆਗੇ ਪੁਨ ਚਾਲੇ। ਤੇ ਛੇਵੇਂ ਪਾਤਸ਼ਾਹ ਨੇ ਬਾਬਾ ਗੁਰਦਿੱਤਾ ਜੀ ਕੋਲੋਂ ਤੇ ਸ਼ਹਿਰ ਦੇ ਹੋਰ ਸਿਆਣਿਆਂ ਕੋਲੋਂ ਹਾਲ ਚਾਲ ਪੁੱਛਿਆ, ਸਾਰੇ ਇੱਕ ਦੂਜੀ ਨੂੰ ਮਿਲੇ ਖੁਸ਼ੀ ਦੇ ਨਾਲ। ਫਿਰ ਗੁਰੂ ਸਾਹਿਬ ਘੋੜੇ ਤੇ ਚੜੇ ਚੜਾਏ ਅਗਾਂਹ ਨੂੰ ਤੁਰ ਪਏ ਹਨ। ਨਿਕਸੇਪੁਰ ਤੇ ਬ੍ਰਿੰਦ ਨਰ ਗਮਨੇ ਪਗ ਨਾਲੇ। ਜਿਹੜੇ ਪੈਦਲ ਤੁਰਨ ਵਾਲੇ ਸੀ ਉਹ ਵੀ ਕਰਤਾਰਪੁਰ ਤੋਂ ਬਾਹਰ ਨਿਕਲ ਕੇ ਗੁਰੂ ਸਾਹਿਬ ਨੂੰ ਅੱਗੋਂ ਦੀ ਆ ਕੇ ਮਿਲੇ ਹਨ। ਸੋ ਆਗੇ ਆਵਤ ਮਿਲੇ ਦੇ ਭੇਟ ਅਗੇਰਾ ਅਗੇਰੇ। ਸਾਧ ਸੰਗਤ ਜੀ ਗੁਰੂ ਕੇ ਸਿੱਖ ਗਲੀਆਂ 'ਚ ਖੜੇ, ਸੜਕਾਂ 'ਤੇ ਖੜੇ ਹਨ, ਫੁੱਲਾਂ ਦੀ ਵਰਖਾ ਕਰਦੇ ਹੈ, ਨੰਗੇ ਪੈਰ ਕਰਕੇ ਗੁਰੂ ਸਾਹਿਬ ਜੀ ਨੂੰ ਅੱਗੋਂ ਹੋ ਕੇ ਮੱਥਾ ਟੇਕਦੇ, ਭੇਟਾ ਦਿੰਦੇ ਸਤਿਗੁਰੂ ਜੀ ਨੂੰ। ਚਰਨ ਸਰੋਜਨ ਪਰਸ ਤੇ ਧਰਮੋਦ ਕਨੇਰੇ। ਮਹਾਰਾਜ ਦੇ ਚਰਨ ਕਮਲਾਂ ਨੂੰ ਪਰਸਦੇ ਆ ਬੜੀ ਖੁਸ਼ੀ ਦੇ ਨਾਲ। ਸਭ ਸੋ ਸਤਿਗੁਰ ਬੋਲ ਕਰ ਪ੍ਰਿਯ ਬਾਕ ਬਸਾਲੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਨੇ ਬੜੇ ਪ੍ਰੇਮ ਦੇ ਪਿਆਰ ਦੇ ਬਚਨ ਕੀਤੇ ਹਨ। ਚਲੇ ਅਗਾਰੀ ਕੋ ਪ੍ਰਭੂ ਬੜ ਸ਼ੋਭਾ ਨਾਲੇ। ਮਹਾਰਾਜ ਏਦਾਂ ਬੜੀ ਸ਼ੋਭਾ, ਹਜ਼ਾਰਾਂ ਸੰਗਤਾਂ ਹਜ਼ਾਰਾਂ ਫੌਜਾਂ, ਮਹਾਰਾਜ ਹੌਲੇ ਹੌਲੇ ਘੋੜੇ ਤੇ ਚੜੇ ਹੋਏ ਕਰਤਾਰਪੁਰ ਸਾਹਿਬ ਪਹੁੰਚ ਰਹੇ ਹਨ। ਸੈਨਾ ਸਭ ਪਛਾਤ ਕਰ ਏਕਲ ਹੋਏ ਆਗੇ। ਫੌਜ ਪਿੱਛੇ ਆ, ਗੁਰੂ ਸਾਹਿਬ ਇਕੱਲੇ ਅੱਗੇ ਹਨ, ਘੋੜਾ ਆਪਣਾ ਸੰਗਤ ਵਿੱਚ ਕਰ ਲਿਆ, ਫੌਜ ਪਿੱਛੇ ਰਹਿ ਗਈ ਥੋੜ੍ਹੀ, ਤਾਂ ਕਿ ਜਿਹੜੇ ਗੁਰੂ ਸਾਹਿਬ ਨੂੰ ਮਿਲਣ ਆਏ ਵਿਚਾਰੇ ਪੈਦਲ, ਉਹਨਾਂ ਨੂੰ ਘੋੜੇ ਗਾਂ ਕਰਕੇ ਤਕਲੀਫ ਨਾ ਹੋਵੇ, ਕਿਸੇ ਨੂੰ ਕੋਈ ਘੋੜਾ ਲੱਤ ਨਾ ਮਾਰ ਦੇਵੇ, ਕੋਈ ਇੱਦਾਂ ਨਾ ਲੱਗੇ ਵੀ ਸੰਗਤ ਨੂੰ ਗੁਰੂ ਸਾਹਿਬ ਮਿਲੇ ਨਹੀਂ। ਆਪਣਾ ਘੋੜਾ ਸੰਗਤ ਦੇ ਵਿੱਚ ਕਰ ਲਿਆ, ਬਾਕੀ ਫੌਜ ਥੋੜ੍ਹੀ ਵਿੱਤ 'ਤੇ 10-20 ਫੁੱਟ ਪਿੱਛੇ ਹੋ ਗਈ, ਅਤੇ ਮਹਾਰਾਜ ਸੰਗਤਾਂ ਨੂੰ ਸਾਰੀਆਂ ਨੂੰ ਦਰਸ਼ਨ ਦਿੰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਦੀ ਗਲੀਆਂ 'ਚ ਆ ਵੜੇ ਹਨ।
ਧਰ ਧਰ ਪਹੁੰਚੈ ਪ੍ਰੇਮ ਜੋ ਪਗ ਪੰਕਜ ਲਾਗੇ। ਜਿਹੜੇ ਜਿਹੜੇ ਪਿੰਡ ਦੇ ਸਿੱਖ ਆਉਂਦੇ ਪ੍ਰੇਮ ਨਾਲ ਆ ਕੇ ਚਰਨਾਂ ਤੇ ਮੱਥਾ ਟੇਕਦੇ ਹੈ। ਆਏ ਪਰਵੇਸ਼ੇ ਪੁਰੀ ਦਰ ਜਨ ਉਦਯੋ ਸੋ ਚੰਦੂ। ਸਾਧ ਸੰਗਤ ਜੀ ਮਹਾਰਾਜ ਆ ਕਰਤਾਰਪੁਰ ਦੀ ਨਗਰੀ ਚ ਬੜੇ ਛੇਵੇਂ ਪਾਤਸ਼ਾਹ ਕਈ ਮਹੀਨਿਆਂ ਬਾਅਦ ਕਈ ਸਮਿਆਂ ਬਾਅਦ ਆਏ ਹਨ। ਇਸ ਕਰਕੇ ਪਿੰਡ ਦੇ ਚ ਇੰਨੀ ਖੁਸ਼ੀ ਵੀ ਜਿਵੇਂ ਮਾਨੋ ਚੰਦ ਚੜ ਗਿਆ ਹੋਵੇ। ਨਿਜ ਦਰ ਦਰ ਦਾਰਾ ਖਰੀ ਲੇ ਮਾਲ ਬਿਲੰਦੂ। ਆ ਬੀਬੀਆਂ ਭੈਣਾਂ ਵੀ ਕੋਠਿਆਂ ਤੇ ਚੜ੍ਹ ਕੇ ਫੁੱਲਾਂ ਦੀ ਵਰਖਾ ਕਰਦੀਆਂ ਨੇ। ਕਈ ਮਾਈਆਂ ਬਜ਼ੁਰਗ ਫੁੱਲਾਂ ਦੇ ਹਾਰ ਲੈ ਕੇ ਖੜੀਆਂ ਨੇ ਗਲੀ ਦੇ ਵਿੱਚ। ਜਦੋਂ ਗੁਰੂ ਸਾਹਿਬ ਕੋਲੋਂ ਦੀ ਲੰਘਦੇ ਆ ਤੇ ਅੱਗੇ ਹੋ ਕੇ ਮੱਥਾ ਟੇਕਦੀਆਂ, ਆਪਣੇ ਫੁੱਲ ਭੇਟਾ ਕਰਦੀਆਂ ਸਤਿਗੁਰੂ ਜੀ ਨੂੰ। ਪਹਿਰਾਵਤ ਗੁਰ ਕੇ ਗਰੇ ਗਨ ਪੁਸ਼ਪ ਵਿਸਾਵੈ। ਕਹਿੰਦੇ ਕੋਈ ਫੁੱਲਾਂ ਦੀ ਵਰਖਾ ਕਰਦੇ, ਕੋਈ ਫੁੱਲਾਂ ਦੇ ਹਾਰ ਗੁਰੂ ਸਾਹਿਬ ਦੇ ਗਲ ਪਾਉਂਦੇ ਹਨ। ਵਾਰ ਵਾਰ ਕਰ ਆਰਤੀ ਸਨਮੁਖ ਦਰਸਾਵੈ। ਵਾਰ ਵਾਰ ਆਰਤੀ ਕਰਕੇ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਦੇ। ਬਲਿਹਾਰੀ ਹੋਏ ਪ੍ਰੇਮ ਸੋ ਗੁਰ ਮੂਰਤ ਹੇਰੈ। ਬਲਿਹਾਰ ਬਲਿਹਾਰ ਜਾਂਦੇ ਪ੍ਰੇਮ ਨਾਲ ਗੁਰੂ ਦੀ ਮੂਰਤ ਦੇ ਦਰਸ਼ਨ ਕਰਦੇ। ਸੁਣੀ ਲੜਾਈ ਤੁਰਕ ਗਨ ਕਰ ਫਤਿਹ ਘਨੇਰਾ। ਕਹਿੰਦੇ ਲੜਾਈ ਤੁਰਕਾਂ ਦੇ ਨਾਲ ਜਿਹੜੀ ਹੋਈ ਹੈ ਇਹਦੇ ਬਾਰੇ ਸੁਣਦੇ ਪੁੱਛਦੇ ਮਹਾਰਾਜ ਜੀ, ਸੁਣਿਆ ਬੜਾ ਵੱਡਾ ਜੰਗ ਕਰਕੇ ਆਏ ਹੋ, ਸੱਚੇ ਪਾਤਸ਼ਾਹ ਜੀ ਬੜੀ ਵੱਡੀ ਫਤਿਹ ਪ੍ਰਾਪਤ ਕੀਤੀ ਹੈ, ਗੁਰੂ ਨੇ ਬੜੀ ਬਖਸ਼ਿਸ਼ ਕੀਤੀ ਹੈ, 35,000 ਤੁਰਕ ਆਇਆ ਸੀ ਚੜ੍ਹ ਕੇ ਰਣ ਤੱਤੇ ਚ ਮਾਰਿਆ ਹੈ। ਸਾਦਰ ਸਭਨ ਬਲੋਕ ਤੇ ਬੋਲਤ ਕਿਹ ਸਾਥਾ। ਮਹਾਰਾਜ ਸਾਰਿਆਂ ਨੂੰ ਪਿਆਰ ਨਾਲ ਵੇਖਦੇ, ਸਾਰਿਆਂ ਦਾ ਸਤਿਕਾਰ ਕਬੂਲਦੇ ਸਤਿਗੁਰੂ ਤੇ ਸਾਰਿਆਂ ਨਾਲ ਬਚਨ ਬਿਲਾਸ ਕਰਦੇ ਹਨ। ਸਨੇ ਸਨੇ ਪੁਰ ਕੋ ਚਲਤ ਹਰਖਤ ਗੁਰਨਾਥਾ। ਸਹਿਜੇ ਸਹਿਜੇ ਮਹਾਰਾਜ ਨਗਰ ਵੱਲ ਤੁਰੇ ਆਉਂਦੇ ਤੇ ਖੁਸ਼ ਹਨ, ਬੜੇ ਪ੍ਰਸੰਨ ਹਨ। ਦੇਤ ਮੋਤ ਕੋ ਪੁਰ ਜਨਨ ਬੂਜਤ ਸੁਖ ਸ਼ਾਂਤੀ। ਕਰਤਾਰਪੁਰ ਵਾਸੀਆਂ ਨੂੰ ਖੁਸ਼ੀ ਦੇ ਰਹੇ ਨੇ, ਪ੍ਰਸੰਨਤਾ ਦੇ ਰਹੇ ਨੇ, ਉਹਨਾਂ ਦੀ ਸੁਖ ਸ਼ਾਂਤੀ ਪੁੱਛਦੇ ਨੇ ਮਹਾਰਾਜ ਜੀ। ਇਮ ਪ੍ਰਾਪਤ ਆਪਣੇ ਮਹਿਲ ਪਹੁੰਚੇ ਰਿਪਘਾਤੀ। ਏਦਾਂ ਵੈਰੀਆਂ ਦਾ ਨਾਸ਼ ਕਰਨ ਵਾਲੇ ਤੇ ਸੰਤਾਂ ਦੀ ਰੱਖਿਆ ਕਰਨ ਵਾਲੇ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਛੇਵੇਂ ਪਾਤਸ਼ਾਹ ਆਪਣੇ ਘਰ ਗੁਰੂ ਕੇ ਮਹਿਲ ਸ੍ਰੀ ਕਰਤਾਰਪੁਰ ਸਾਹਿਬ, ਅੱਜ ਕੱਲ੍ਹ ਜਿੱਥੇ ਬਾਬਾ ਧੀਰਮਲ ਜੀ ਦਾ ਪਰਿਵਾਰ ਰਹਿ ਰਿਹਾ, ਬਾਬਾ ਵਡਭਾਗ ਸਿੰਘ ਜੀ ਦਾ ਪਰਿਵਾਰ ਰਹਿ ਰਿਹਾ, ਇਹ ਮਹਿਲ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਨੇ ਬਣਵਾਏ। ਫਿਰ ਇਹਨਾਂ ਮਹਿਲਾਂ ਵਿੱਚ ਸਤਿਗੁਰੂ ਜੀ ਛੇਵੇਂ ਪਾਤਸ਼ਾਹ ਜੀ ਬਹੁਤ ਸਮਾਂ ਬਾਬਾ ਗੁਰਦਿੱਤਾ ਸਾਹਿਬ ਜੀ ਇੱਥੇ ਰਹੇ ਹਨ। ਬਾਅਦ ਵਿੱਚ ਬਾਬਾ ਧੀਰਮਲ ਜੀ ਦਾ ਪਰਿਵਾਰ ਹੁਣ ਤੱਕ ਉੱਥੇ ਰਹਿੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪ੍ਰਾਚੀਨ ਹੱਥ ਲਿਖਿਤ ਸਰੂਪ ਭਾਈ ਗੁਰਦਾਸ ਸਾਹਿਬ ਜੀ ਵਾਲਾ ਹੈ, ਉਹ ਇਸ ਪਰਿਵਾਰ ਦੇ ਕੋਲ ਹੈ। ਹਾਂਜੀ, ਸ੍ਰੀ ਗ੍ਰੰਥ ਸਾਹਿਬ ਜਹਾਂ ਤਹ ਪੂਰਬ ਆਏ। ਉਸ ਮਹਿਲ ਦੇ ਵਿੱਚ ਇੱਕ ਕਮਰਾ ਹੈ ਜਿਹਦੇ ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ਜੀ ਪਹਿਲਾ ਸਰੂਪ ਜਿਹੜਾ ਸਭ ਤੋਂ ਪਹਿਲਾਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਲਿਖਿਆ, ਉਹ ਭਾਈ ਗੁਰਦਾਸ ਜੀ ਦੇ ਹੱਥ ਦਾ ਲਿਖਿਆ ਹੋਇਆ। ਹਰਿਮੰਦਰ ਸਾਹਿਬ ਤੋਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਚੱਲੇ ਸੀ, ਨਾਲ ਹੀ ਲੈ ਆਏ ਸੀ ਖਜ਼ਾਨਾ ਕਿ ਪਿੱਛੋਂ ਤੁਰਕ ਕਿਤੇ ਖਜ਼ਾਨਾ ਬਿਦ ਵੀ ਨਾ ਕਰ ਦੇਣ। ਅਤੇ ਉਹ ਅੱਜ ਕੱਲ੍ਹ ਬਾਬਾ ਧੀਰਮਲ ਜੀ ਦੇ ਪਰਿਵਾਰ ਕੋਲ ਹੈ। ਉੱਥੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਸਭ ਤੋਂ ਪਹਿਲਾਂ ਗਏ ਹਨ।
ਘਰ ਪ੍ਰਸਾਦ ਦਰਸ਼ਨ ਕਰਿਓ ਨਿਜ ਸੀਸ ਨਿਵਾਏ। ਉੱਥੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪ੍ਰਸ਼ਾਦ ਅਰਪਣ ਕੀਤਾ ਹੈ, ਪ੍ਰਸ਼ਾਦ ਦੇਗ ਅਰਪਣ ਕੀਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਛੇਵੇਂ ਪਾਤਸ਼ਾਹ ਜੀ ਨੇ। ਸੁਨੇ ਸ਼ਬਦ ਤਬ ਪੰਚ ਤਹਿ ਥਿਰ ਕੇਤਕ ਕਾਲਾ। ਗੁਰੂ ਸਾਹਿਬ ਨੇ ਪੰਜ ਸ਼ਬਦ ਸੁਣੇ ਬੈਠ ਕੇ। ਗੁਰੂ ਗ੍ਰੰਥ ਸਾਹਿਬ ਕੋਲ ਜਦੋਂ ਵੀ ਜਾਂਦੇ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਬੈਠ ਜਾਂਦੇ ਸੀ, ਘੱਟੋ ਘੱਟ ਪੰਜ ਸ਼ਬਦ ਜ਼ਰੂਰ ਸੁਣਦੇ ਸੀ। ਇਹ ਪੁਰਾਤਨ ਸਿੱਖਾਂ ਨੇ ਵੀ ਮਰਿਆਦਾ ਰੱਖੀ, ਪੰਜ ਸ਼ਬਦ ਜ਼ਰੂਰ ਸੁਣਨੇ, ਘੱਟੋ ਘੱਟ, ਜ਼ਿਆਦਾ ਸੁਣੋ ਜਿੰਨਾ ਮਰਜ਼ੀ, ਪਰ ਘੱਟ ਤੋਂ ਘੱਟ 10 ਮਿੰਟ 20 ਮਿੰਟ ਤਾਂ ਬੈਠੋ ਗੁਰੂ ਕੋਲ, ਕੋਈ ਬਚਨ ਸੁਣੋ, ਘੱਟੋ ਘੱਟ ਪੰਜ ਸ਼ਬਦ ਸੁਣੇ। ਛੇਵੇਂ ਪਾਤਸ਼ਾਹ ਜੀ ਨੇ ਬੈਠ ਕੇ ਪੁਰਜਨ ਬੈਠੇ ਸਗਲ ਗਨ ਪਿਖ ਆਨੰਦ ਵਿਸਾਲਾ। ਸਾਧ ਸੰਗਤ ਜੀ ਨਗਰ ਨਿਵਾਸੀ ਮਹਾਰਾਜ ਸਾਹਿਬ ਜੀ ਦੇ ਕੋਲ ਬੈਠ ਗਏ, ਬੜਾ ਆਨੰਦ, ਸਾਰੀ ਸੰਗਤ ਨੂੰ ਖੁਸ਼ੀ ਵੀ ਮਹਾਰਾਜ ਬੜੇ ਸਮੇਂ ਬਾਅਦ ਵਾਪਸ ਆਏ ਨੇ ਪਿੰਡ ਵਿੱਚ। ਹੱਥ ਜੋੜ ਬੂਜਨ ਕਰੇ ਰਣ ਭਇਓ ਕਨੇਰਾ। ਪਿੰਡ ਵਾਲਿਆਂ ਨੇ ਹੱਥ ਜੋੜ ਕੇ ਪੁੱਛਿਆ, ਮਹਾਰਾਜ ਸੁਣਿਆ ਬਹੁਤ ਵੱਡੀ ਲੜਾਈ ਹੋਈ ਹੈ, ਬੜਾ ਵੱਡਾ ਜੰਗ ਹੋਇਆ। ਰਹੀ ਸ਼੍ਰੇ ਤਨ ਆਪ ਜੀ ਆਪ ਕੇ ਪ੍ਰਭੂ ਜੀ ਤਸਬੇਰਾ। ਮਹਾਰਾਜ ਤੁਹਾਡਾ ਸਰੀਰ ਤਾਂ ਠੀਕ ਰਿਹਾ ਨਾ, ਕਿਉਂਕਿ ਲੜਾਈ ਦਾ ਤਾਂ ਨਾਮ ਹੀ ਬੁਰਾ ਹੁੰਦਾ, ਜੰਗ ਦੇ ਵਿੱਚ ਕੁਛ ਵੀ ਹੋ ਸਕਦਾ ਹੈ। ਸ਼ੁਕਰ ਹੈ ਮਹਾਰਾਜ ਆਪ ਜੀ ਨੂੰ ਤੱਤੀ ਵਾਹ ਨਾ ਲੱਗੇ, ਆਪ ਜੀ ਨੂੰ ਕੁਝ ਨਾ ਹੋਵੇ, ਮਹਾਰਾਜ ਸਾਡੇ ਸਤਿਗੁਰੂ ਹੋ ਆਪ ਜੀ। ਵਿਧੀ ਚੰਦ ਤਬ ਸਭ ਕਹੀ ਜਮ ਤੁਰਕ ਖਪਾਏ। ਬਾਬਾ ਵਿਧੀ ਚੰਦ ਜੀ ਕੋਲ ਖੜ੍ਹੇ ਸਨ, ਉਹਨਾਂ ਨੇ ਸੰਗਤ ਨੂੰ ਦੱਸਿਆ, ਸਾਧ ਸੰਗਤ ਜੀ ਗੁਰੂ ਸਾਹਿਬ ਨੇ ਸਾਰੀ ਫੌਜ ਤੁਰਖਾਂ ਦੀ ਮਾਰ ਦਿੱਤੀ, 35,000 ਆਏ ਸੀ, ਚੜ੍ਹ ਕੇ 150 ਹੀ ਬਚੇ ਹਨ। ਸ਼ਲਬਾ ਸਮ ਅਨਗਿਣਤ ਹੀਰ ਪਚੜ ਕਰ ਧਾਏ। ਜਿਵੇਂ ਟਿੱਡੀ ਦਲ ਨਹੀਂ ਆਉਂਦਾ, ਟਿੱਡੀ ਦਲ ਇਵੇਂ ਟਿੱਡੀਆਂ ਦੀ ਤਰ੍ਹਾਂ ਆਈ ਸੀ ਫੌਜ ਚੜ੍ਹ ਕੇ। ਸ੍ਰੀ ਨਾਨਕ ਕੀ ਕਿਰਪਾ ਤੇ ਜਾਣੇ ਕੁਛ ਨਾਹੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਸੀਂ ਉਹਨਾਂ ਨੂੰ ਕੁਛ ਵੀ ਨਹੀਂ ਸਮਝਿਆ, ਸਾਰੇ ਮਾਰ ਕੱਤੇ ਜੰਗ ਦੇ ਮੈਦਾਨ ਵਿੱਚ। ਸਗਮ ਹਤੇ ਰਿਪ ਪ੍ਰਬਲ ਜੇ ਰਾਖੇ ਰਣ ਮਾਹੀ। ਜਿਹੜੇ ਵੈਰੀ ਬਹੁਤ ਚੜ੍ਹ ਕੇ ਆਏ ਸੀ ਰਣ ਤੱਤੇ ਚ ਮਾਰ ਲਏ ਹਨ। ਫਤਿਹ ਗੁਰੂ ਕੀ ਵੱਡ ਭਈ ਜਗ ਮਹਿ ਬਿਤਾਈ। ਭਾਈ ਬਿਧੀ ਚੰਦ ਜੀ ਕਹਿੰਦੇ ਵੀ ਸਤਿਗੁਰਾਂ ਦੀ ਫਤਿਹ ਹੋਈ ਆ, ਸਾਰੀ ਦੁਨੀਆਂ 'ਚ ਪ੍ਰਗਟ ਹੋ ਗਈ, ਬਾਦਸ਼ਾਹ ਨੂੰ ਵੀ ਪਤਾ ਲੱਗ ਗਿਆ ਅਤੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਗੁਰੂ ਕਿਆਂ ਨਾਲ ਮੱਥਾ ਲਾ ਕੇ ਜਿੱਤ ਨਹੀਂ ਸਕਾਂਗੇ। ਕੋ ਨਾ ਅਰਹੇ ਅਰ ਗਨ ਮਰਹੇ ਫਿਰ ਹੇ ਨਾ ਸੁਮਹਾਈ। ਕੋਈ ਮਹਾਰਾਜ ਦੇ ਸਾਹਮਣੇ ਠਹਿਰ ਨਹੀਂ ਸਕਦਾ, ਕੋਈ ਅੜਿਆ ਹੀ ਨਹੀਂ, ਜੋ ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ। ਹਾਂਜੀ ਭਾ ਅਚਰਜ ਸੁਨ ਸਭਨ ਕੇ ਕੰਪਿਓ ਤਬ ਛਾਹੂ। ਸਾਰਿਆਂ ਨੂੰ ਹੈਰਾਨੀ ਹੋਈ ਵੀ ਗੁਰੂ ਮਹਾਰਾਜ ਦੀ ਫੌਜ ਨੇ ਬਾਦਸ਼ਾਹ ਦੀਆਂ ਫੌਜਾਂ ਮਾਰ ਕੱਤੀਆਂ ਸਾਰੀਆਂ, ਬਾਦਸ਼ਾਹ ਵੀ ਕੰਬ ਗਿਆ, ਬਾਦਸ਼ਾਹ ਵੀ ਸੋਚਾਂ 'ਚ ਪੈ ਗਿਆ ਵੀ ਹੁਣ ਗੁਰੂ ਕਿਆਂ ਨਾਲ ਮੱਥਾ ਨਹੀਂ ਲਾਉਣਾ। ਜਦੋਂ ਜਦੋਂ ਗੁਰੂ ਕਿਆਂ ਨਾਲ ਮੱਥਾ ਲਾਉਂਦੇ ਹਾਰ ਜਾਂਦੇ ਹਾਂ, ਬਾਦਸ਼ਾਹ ਦੀ ਬੜੀ ਬੇਇੱਜ਼ਤੀ ਹੋਈ ਹੈ। ਮੋਰੇ ਤਖਤ ਨਸ਼ੀਨ ਲਏ ਤ੍ਰਿਆਸਿਓ ਮਨਮਾਹੂ। ਬਾਦਸ਼ਾਹ ਡਰੀ ਬੈਠਾ ਹੈ, ਬਾਦਸ਼ਾਹ ਨੂੰ ਘਬਰਾਹਟ ਹੋ ਰਹੀ ਕਿ ਗੁਰੂ ਹਰਗੋਬਿੰਦ ਸਾਹਿਬ ਕਿਤੇ ਮੇਰਾ ਤਖਤ ਨਾ ਖੋਹ ਲੈਣ, ਹਿੰਦੁਸਤਾਨ ਦਾ ਰਾਜ ਹੀ ਨਾ ਮੇਰੇ ਤੋਂ ਖੋਹ ਲੈਣ। ਪਰ ਗੁਰੂ ਸਾਹਿਬ ਨੂੰ ਕੀ ਪਰਵਾਹ ਹੈ, ਝੂਠੇ ਰਾਜ ਦੀ, ਉਹਦੇ ਸੱਚੇ ਬਾਦਸ਼ਾਹ ਹਨ, ਉਹਦਾ ਦੀਨ ਦੁਨੀਆ ਦੇ ਮਾਲਕ ਹਨ,
ਪਰ ਬਾਦਸ਼ਾਹ ਨੂੰ ਘਬਰਾਹਟ ਹੈ ਵੀ ਮੇਰਾ ਰਾਜ ਖੋ ਲੈਣਗੇ। ਕਾਬਲ ਬਲਖ ਬੁਖਾਰ ਲੋ ਬੜ ਧਾਂਕ ਉਠਾਈ। ਗੁਰੂ ਹਰਗੋਬਿੰਦ ਸਾਹਿਬ ਦੀ ਧਾਂਕ ਪੈ ਗਈ ਪੂਰੀ, ਕਾਬਲ ਤੱਕ, ਬਲਖ ਬੁਖਾਰੇ ਤੱਕ, ਜਿੰਨੇ ਤੁਰਕਾਂ ਦੇ ਮੁਲਕ ਇਰਾਨ ਇਰਾਕ ਤੱਕ ਇਹ ਗੱਲ ਪਹੁੰਚ ਗਈ ਹੈ। ਉਤਸ਼ਾਹਿਤ ਗੁਰਦਸ਼ ਕਰੀ ਗੁਰ ਧੂਮ ਮਚਾਈ। ਗੁਰੂ ਹਰਗੋਬਿੰਦ ਸਾਹਿਬ ਨੇ ਬੜੀ ਧੂਮ ਮਚਾਈ ਹੈ, ਬਾਦਸ਼ਾਹੀ ਗਰਦ ਚ ਮਿਲਾ ਕੇ ਰੱਖ ਦਿੱਤੀ ਸ਼ਾਹਜਹਾਨ। ਬਾਦਸ਼ਾਹ ਕਦੀ ਕਿਸੇ ਤੋਂ ਹਾਰਿਆ ਨੀ, ਗੁਰੂ ਹਰਗੋਬਿੰਦ ਸਾਹਿਬ ਤੋਂ ਹਾਰ ਗਿਆ ਹੈ। ਜਿਹ ਕਹਿ ਕੇ ਸੂਬੇ ਡਰੇ ਗੁਰ ਨਹਿ ਇਤ ਆਵੈ। 22 ਸੂਬੇ ਹਿੰਦੁਸਤਾਨ ਦੇ ਡਰ ਗਏ ਨੇ, ਕੋਈ ਗੁਰੂ ਵੱਲ ਮੂੰਹ ਨੀ ਕਰਦਾ। 22 ਸੂਬਿਆਂ ਦੇ ਸੂਬੇਦਾਰਾਂ ਨੂੰ ਬਾਦਸ਼ਾਹ ਕਹੇ ਵੀ ਜਾਓ ਗੁਰੂ ਨਾਲ ਜੰਗ ਕਰੋ, ਕਹਿੰਦੇ ਨਾ ਅਸੀਂ ਨਹੀਂ, ਇਹ ਛੇੜਖਾਨੀ ਛੇੜ ਮਰਨਾ ਉੱਥੇ ਜਾ ਕੇ, ਜਿਹੜਾ ਜਾਂਦਾ ਉਹ ਮਰਿਆ ਹੀ ਹੈ, ਵਾਪਸ ਤਾਂ ਆਇਆ ਨਹੀਂ ਕੋਈ। ਪਹਿਲਾਂ ਗੁਰੂ ਮਹਾਰਾਜ ਨਾਲ ਯੁੱਧ ਕਰਨ ਵਾਸਤੇ 7,000 ਫੌਜ ਮੁਖਲਿਸ ਖਾਂ ਲੈ ਕੇ ਆਇਆ ਅੰਮ੍ਰਿਤਸਰ, ਮਾਰਿਆ ਗਿਆ ਸਣੇ ਫੌਜ ਦੇ। ਫਿਰ ਅਬਦੁਲ ਖਾਨ ਜਲੰਧਰ ਦਾ ਸੂਬਾ ਹਰਗੋਬਿੰਦਪੁਰ, ਉੱਥੇ ਜੰਗ ਹੋਇਆ, 14,000 ਫੌਜ ਲੈ ਗਿਆ, ਸਾਰੀ ਮਰਵਾ ਬੈਠਾ, ਆਪ ਵੀ ਮਰ ਗਿਆ ਪੁੱਤਰਾਂ ਸਮੇਤ। ਹੁਣ ਲਲਾ ਬੇਗ ਆਪਣੀ ਫੈਮਿਲੀ ਵੀ ਮਰਵਾ ਬੈਠਾ ਅਤੇ ਆਪਣੀ ਫੌਜ ਵੀ ਮਰਵਾ ਬੈਠਾ। ਕਹਿੰਦੇ ਹੁਣ ਕਿਹੜਾ ਜਾਏ, ਸਾਰਿਆਂ ਨੇ ਕੰਨਾਂ ਨੂੰ ਹੱਥ ਲਾ ਲਿਆ, ਕਹਿੰਦੇ ਤੋਬਾ ਤੋਬਾ ਤੋਬਾ, ਕਹਿੰਦੇ ਜਿਹੜਾ ਜਾਂਦਾ ਗੁਰੂ ਫੌਜਾਂ ਸਮੇਤ ਉਹਨੂੰ ਮਾਰ ਦਿੰਦਾ, ਅਸੀਂ ਨਹੀਂ ਜਾਣਾ ਹੁਣ। ਦਬ ਕੇ ਚਾਰੋ ਚੱਕ ਮਹਿ ਨਹਿ ਕੋ ਗਰਬਾਵੈ। ਚਾਰਾਂ ਚੱਕਾਂ ਵਿੱਚ ਪੂਰਬ ਪੱਛਣ ਵਿੱਚ ਦਬਕ ਗਏ ਨੇ ਸਾਰੇ, ਕੋਈ ਹੁਣ ਉੱਚਾ ਸਾਹ ਨਹੀਂ ਕਹਿੰਦ ਕੱਢਦਾ। ਜਿਹੜੇ ਲੋਕਾਂ ਨੂੰ ਲੁੱਟਦੇ ਸੀ, ਜਿਹੜੇ ਜ਼ੁਲਮ ਕਰਦੇ ਸੀ, ਬਾਦਸ਼ਾਹ ਅਤੇ ਉਹਦੇ ਸੂਬੇਦਾਰ ਰਾਜੇ ਸ਼ੀਂਹ ਮੁਕੱਦਮ ਕੁੱਤੇ, ਰਾਜੇ ਸ਼ੀਂਹ ਸਨ ਅਤੇ ਮੁਕੱਦਮ ਕੁੱਤੇ ਸਨ, ਲੋਕਾਂ ਨੂੰ ਲੁੱਟਦੇ ਸਨ, ਖਾਂਦੇ ਸਨ, ਬਰਬਾਦ ਕਰਦੇ ਸਨ, ਮੁਲਕ 'ਤੇ ਜ਼ੁਲਮ ਕਰਦੇ ਸਨ, ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਸੀ ਰਹਿਣ ਦਿੰਦੇ। ਆਹ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਦੇ ਸਾਹਮਣੇ ਸਾਰੇ ਮਾਤ ਪੈ ਗਏ, ਸਾਰਿਆਂ ਦੀ ਧੌਣ 'ਤੇ ਗੋਡਾ ਰੱਖ ਲਿਆ ਸਿੱਖਾਂ ਨੇ, ਗੁਰੂ ਨੇ, ਚਲੋ ਆਓ ਹੁਣ ਮੈਦਾਨ ਸਾਹਮਣੇ ਕਿਹੜਾ ਹੁੰਦਾ। ਅੱਗੇ ਲੋਕਾਂ ਨੂੰ ਡਰਾਉਂਦੇ ਸੀ, ਹੁਣ ਆਪ ਡਰਦੇ ਫਿਰਦੇ ਹਨ। ਨਿਜ ਨਿਜ ਸਵਧਾਨੀ ਕਰੇ ਕੋ ਚਹਤ ਪਲਾਈ। ਤੇ ਆਪਣੀ ਆਪਣੀ ਬਚਾਅ, ਆਪਣੀ ਆਪਣਾ ਕਹਿੰਦੇ ਬਚਾਅ ਕਰ ਲਓ ਗੁਰੂ ਤੋਂ, ਕਿਤੇ ਗੁਰੂ ਸਾਡੇ ਹੱਲ ਨਾ ਆ ਜਾਵੇ। ਆਪਣੇ ਆਪਣੀ ਥਾਂ 'ਤੇ ਸਵਧਾਨੀ ਕਰਦੇ, ਅਤੇ ਕਈ ਕਹਿੰਦੇ ਛੱਡ ਕੇ ਭੱਜ ਜਾਈਏ ਆਪਾਂ ਮਾਰੇ ਜਾਵਾਂਗੇ। ਇਤਿਆਦਿਕ ਸਭ ਵਾਰਤਾ ਸੁਨ ਮੋਦ ਉਪਾਈ। ਏਦਾਂ ਗੁਰੂ ਕੇ ਸਿੱਖਾਂ ਨੂੰ ਹੌਂਸਲੇ ਹੋ ਗਏ, ਸਿੱਖਾਂ ਦੇ ਹੌਂਸਲੇ ਵੱਧ ਗਏ, ਤੁਰਕਾਂ ਦੇ ਹੌਂਸਲੇ ਪਸਤ ਹੋ ਗਏ। ਪੁਰਜਨ ਸੁਣ ਕਰ ਬਚਪਨਿਓ ਇਮ ਸਮਨਹਿ ਦੂਜਾ। ਬਾਬਾ ਬਿਧੀ ਚੰਦ ਜੀ ਨੇ ਜਦੋਂ ਇਹ ਗੱਲ ਦੱਸੀ, ਕਰਤਾਰਪੁਰ ਵਾਸੀ ਸੰਗਤਾਂ ਕਹਿਣ ਲੱਗੀਆਂ, ਮਹਾਰਾਜ 6ਵੇਂ ਪਾਤਸ਼ਾਹ ਦੇ ਵਰਗਾ ਕੋਈ ਹੈ ਹੀ ਨਹੀਂ ਦੁਨੀਆ 'ਤੇ। ਜਿਨ ਕੀ ਦੇਵ ਅਦੇਵ ਮਿਲ ਠਾਨਤ ਪਗ ਪੂਜਾ। ਇਹਨਾਂ ਦੇ ਚਰਨਾਂ ਦੀ ਪੂਜਾ ਦੇਵਤੇ ਵੀ ਕਰਦੇ ਨੇ, ਦੈਂਤ ਵੀ ਕਰਦੇ ਨੇ। ਇਹ ਸਾਰਿਆਂ ਦੇ ਗੁਰੂ ਨੇ, ਸਾਰੀ ਸ੍ਰਿਸ਼ਟੀ ਦੇ ਗੁਰੂ ਨੇ, ਸਾਰੀ ਕਾਇਨਾਤ ਦੇ ਗੁਰੂ ਨੇ 6ਵੇਂ ਪਾਤਸ਼ਾਹ। ਬੰਦਨੀ ਇਹ ਸਭਨ ਕੇ ਗੁਰ ਨਾਨਕ ਕਾਦੀ। ਇਹ ਸਾਰਿਆਂ ਦੇ ਬੰਦਨੀ ਪੂਜਨੀਕ ਨੇ, ਗੁਰੂ ਨਾਨਕ ਦੀ ਗੱਦੀ ਇਹ ਬਹੁਤ ਵੱਡੀ ਹੈ। ਸਕਲ ਜਗਤ ਜਿਨ ਕੋ ਨਮਹਿ ਹਾਰੇ ਸਭ ਬਾਦੀ। ਕਹਿੰਦੇ ਸਾਰਾ ਸੰਸਾਰ ਇਹਨਾਂ ਨੂੰ ਨਿਉਂਦਾ ਹੈ, ਇਹਨਾਂ ਨੂੰ ਝੁਕਦਾ, ਜਿਹੜੇ ਇਹਨਾਂ ਨਾਲ ਮੱਥਾ ਲਾਉਣਗੇ ਹਾਰ ਜਾਣਗੇ, ਹਾਰੇ ਵੀ ਨੇ ਤੇ ਹਾਰਦੇ ਰਹਿਣਗੇ।
ਇਸ ਤਰ੍ਹਾਂ ਕਰਤਾਰਪੁਰ ਦੀਆਂ ਸੰਗਤਾਂ ਗੁਰੂ ਮਹਾਰਾਜ ਸਾਹਿਬ ਜੀ ਦਾ ਸਵਾਗਤ ਕਰਦੀਆਂ ਅਤੇ ਗੁਰੂ ਸਾਹਿਬ ਜੀ ਆਪਣੇ ਪਰਿਵਾਰ ਨੂੰ ਮਿਲ ਕੇ ਕੁਝ ਸਮਾਂ ਸ੍ਰੀ ਕਰਤਾਰਪੁਰ 'ਚ ਰਹਿੰਦੇ ਹਨ। ਇੱਥੇ ਜੋ ਕੌਤਕ ਹੋਏ ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਇਹ ਗੁਰੂ।